ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਆਮ ਆਦਮੀ ਪਾਰਟੀ ਦਾ ਭਵਿੱਖ, ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਭਵਿੱਖ, ਕਿਉਂਕਿ ਹੈ ਤਾਂ ਇੱਕ ਹੀ ਪਾਰਟੀ, ਇੱਕ ਹੀ ਪਾਰਟੀ ਦੇ ਨੁਮਾਇੰਦੇ, ਲੇਕਿਨ ਹੁਣ ਜਿਹੜੀ ਸਿਆਸੀ ਹਵਾ ਚੱਲਣੀ ਸ਼ੁਰੂ ਹੋਈ ਆ ਪੰਜਾਬ ਦੇ ਵਿੱਚ, ਉਹ ਕਿਸ ਪਾਸੇ ਮੋੜ ਰਹੀ ਹੈ ਇਸ ਬਾਰੇ ਐਨਾਲਿਸਿਸ ਕਰ ਰਹੇ ਹਾਂ ਅਸੀਂ। ਔਰ ਕੀ ਡੈਮੇਜ ਕੰਟਰੋਲ ਹੁਣ ਹੋ ਪਾਏਗਾ ਆਮ ਆਦਮੀ ਪਾਰਟੀ ਦਾ, ਜਿਹੜਾ ਡੈਮੇਜ ਇਸ ਟਾਈਮ ਹੋ ਚੁੱਕਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਮੁੜ ਤੋਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਾ ਕੇ ਵੱਸ ਪਾਏਗੀ, ਕਿਉਂਕਿ ਜਿਸ ਤਰੀਕੇ ਦੇ ਹਾਲਾਤ ਹੁਣ ਪੰਜਾਬ ਦੀ ਧਰਤੀ ਦੇ ਉੱਤੇ ਵੇਖਣ ਨੂੰ ਮਿਲ ਰਹੇ ਨੇ, ਅਤੇ ਕਿਤੇ ਨਾ ਕਿਤੇ ਕਿਸੇ ਅਸੀਂ ਗਲੀ ਦੇ ਵਿੱਚ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਥੋੜ੍ਹੀ ਨਾਰਾਜ਼ਗੀ ਹੈ, ਅਤੇ ਉੱਥੇ ਦੂਜੇ ਪਾਸੇ ਕਿਸੇ ਗਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਿਮਾਇਤ ਵੀ ਹੋ ਰਹੀ ਹੈ। ਭਵਿੱਖ ਜਿਹੜਾ ਹੁਣ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਪੰਜਾਬੀਆਂ ਨੇ ਆਪਣਾ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸੁਨਹਿਰਾ ਹੋ ਸਕਦਾ ਭਵਿੱਖ ਪੰਜਾਬ ਦਾ। ਐਂਡ ਜਿਸ ਤਰੀਕੇ ਨਾਲ ਤੁਸੀਂ ਸਪੋਰਟ ਕਰ ਰਹੇ ਹੋ, ਕਿਹੜੀ ਕਿਹੜੀ ਉਮੀਦਾਂ ਤੁਹਾਨੂੰ ਸੁਖਪਾਲ ਸਿੰਘ ਖਹਿਰਾ ਤੋਂ ਹੈ ਔਰ ਕਿਹੜੀ ਕਿਹੜੀ ਉਮੀਦਾਂ ਤੁਹਾਨੂੰ ਪੰਜਾਬ ਦੇ ਸਿਆਸਤਦਾਨਾਂ ਤੋਂ ਹਨ, ਇਸ ਮੁਤਲਕ ਤੁਸੀਂ ਮੇਰੇ ਨਾਲ ਵਿਚਾਰ ਸਾਂਝੇ ਕਰ ਵੀ ਰਹੇ ਹੋ। ਮਿਸਟਰ ਨਵੀਨ ਸ਼ਰਮਾ ਸੀਨੀਅਰ ਜਰਨਲਿਸਟ, ਉਹ ਵੀ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਅਤੇ ਮਿਸਟਰ ਸ਼ਰਮਾ, ਮੈਨੂੰ ਬਹੁਤ ਸਾਰੀ ਕਾਲਜ਼ ਆ ਰਹੀਆਂ ਹਨ, ਅਤੇ ਇੱਕ ਅੱਧੀ ਕਾਲ ਲੈ ਕੇ ਫਿਰ ਮੈਂ ਤੁਹਾਡੇ ਵਿਚਾਰ ਵਿੱਚ ਜ਼ਰੂਰ ਜਾਣਾਂਗਾ। ਮੇਰੇ ਨਾਲ ਕਾਲਰ ਜੁੜ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਛੋਟੇ ਭਾਈ, ਪਿਆਰ ਭਰੇ ਕੀਰਤ, ਪਿਆਰ ਭਰੀ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ, ਛੋਟੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮੱਕਣ ਸਿੰਘ ਜੀ, ਠੀਕ ਹੋ? ਹਾਂਜੀ, ਇੱਕਦਮ ਚੜ੍ਹਦੀ ਕਲਾ ਜੀ, ਜਦੋਂ ਇਹੋ ਜਿਹੇ ਮੁੱਦੇ ਚੜ੍ਹਦੀ ਕਲਾ ਹੋਰ ਰੱਖਣੀ ਵੀ ਸਾਨੂੰ ਪੈਣੀ ਹੈ, ਰੱਖਣੀ ਵੀ ਚਾਹੀਦੀ ਹੈ। ਜੀ 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 ਮੱਕਣ ਸਿੰਘ ਜੀ, ਜੀ ਜੀ, ਦੇਖੋ ਮੈਂ ਇਹ ਕਹਿੰਦਾ, ਜਿੱਦਾਂ ਇਹ ਛੋਟੇ ਹੁੰਦੇ ਵੀ ਸੁਣਦੇ ਆਏ ਕਿ ਦਾਤਾ ਤੇ ਭਗਤ ਸੂਰਮਾ, ਜੀ ਜੀ ਜੀ, ਤਿੰਨੇ ਜੱਗ ਜੀਂਦੇ ਆ, ਇਹ ਧਰਤੀ ਤਾਂ ਹੀ ਖੜੀ ਆ। ਜੀ ਜੀ ਜੀ, ਕੋਈ ਕੋ ਅਸੀਂ ਵੀ ਦੁਨੀਆਂ ਵਿੱਚ ਆਉਂਦੇ ਹਾਂ, ਕੋਈ ਕੁਛ ਬੋਲਦਾ ਕਿ ਕਰੋੜਾਂ ਅਰਬਾਂ ਇਹਦੇ ਮੂਹਰੇ ਸਿੱਟ ਦਿੱਤਾ ਹੋਣਾ ਖਹਿਰਾ ਦੇ, ਤੂੰ ਆਹ ਕਰ, ਤੂੰ ਆਹ ਕਰ, ਪਰ ਨਹੀਂ, ਮੈਂ ਨੀ ਇਸ ਗੱਲ ਨੂੰ ਮੰਨਦਾ। ਮੈਂ ਵੀ ਦੁਨੀਆਂ ਚ ਆਉਣਾ, ਪਰ ਮੈਂ ਨੀ ਇਸ ਗੱਲ ਨੂੰ ਮੰਨਦਾ। ਜੀ 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 ਜੀ, ਇਸ ਟਾਈਮ ਆਸਾਂ ਇਹਦੇ ਤੇ ਲੱਗੀਆਂ ਹੋਈਆਂ ਖਹਿਰਾ ਤੇ, ਫਿਰ ਸਾਡੇ ਬਾਹਰ ਦੇ ਜੋ ਇਹਨਾਂ ਦੇ ਭਰਾ, ਜੋ ਦੁਨੀਆਂ ਪੰਜਾਬ ਸਾਡੇ ਦੀਆਂ। ਜੀ 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 ਜੀ, ਦੇਖੋ ਮੈਂ ਸਿਰਫ ਇਹ ਚਾਰ ਲੈਣਾ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਿੰਘ ਬਿਲਕੁਲ ਬਿਲਕੁਲ ਮੱਕਾ ਸਿੰਘ ਜੀ, ਜਰੂਰ ਸੁਣਨਾ ਚਾਹਾਂਗੇ ਜੋ ਲਾਈਨਾਂ ਤੁਸੀਂ ਲਿਖੀਆਂ। ਹਾਂਜੀ, ਉਹ ਦੇਖੋ ਸਿੰਘ ਪਸਾਊ ਜਿਹੜੇ ਹੁੰਦੇ ਸਿਆਸਤਦਾਨ, ਲੋਕਾਂ ਨੂੰ ਇੱਕ ਦੂਜੇ ਨਾਲ ਪੜਾਊ ਹੁੰਦੇ, ਉਹ ਸਾਹਣਾ ਪਾਉਂਦੇ ਇੱਕ ਦੂਜੇ ਦੇ ਸਿੰਘ ਪਸਾਊ ਹੁੰਦੇ, ਲੋਕਾਂ ਦੇ ਸਿੰਘ ਪਸਾ ਪਸਾ ਕੇ ਵਿਦੇਸ਼ੀਆਂ ਨੇ ਰਾਜ ਕੀਤਾ, ਜੋ ਸਾਡੇ ਹੋ ਰਿਹਾ ਪੰਜਾਬ 'ਚ, ਲੋਕਾਂ ਨੂੰ ਮਾਰ ਖੰਡ ਬਣਾ ਦਿੱਤਾ, ਲੜਾਊ ਉਹਨਾਂ ਨੇ ਸਮਾਜ ਕੀਤਾ। ਕਿਆ ਬਾਤ ਹੈ ਜੀ, ਸਿੰਘ ਪਸਾਊ ਕਾਨੂੰਨ ਨਾਲ ਇਨਸਾਫ ਵੀ ਵਿਕਣ ਲੱਗਾ, ਉਹ ਵਿਦੇਸ਼ੀ ਸਭਿਅਤਾ ਅਨੁਸਾਰ ਸਾਮਰਜ ਸਾਡੇ ਟਿਕਣ ਲੱਗਾ। ਜੀ 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 ਜੀ, ਸਮਾਜ ਵਧਾਊ ਦੀ ਥਾਂ ਮੈਂ ਵਧਾਉਣ ਦਾ ਮਤ ਹੋਇਆ, ਮੈਂ ਨਾਲ ਲੜ ਗਈ, ਰਾਮ ਰਾਜ ਸਾਡਾ ਪੱਟ ਹੋਇਆ, ਉਹ ਲੋਕਾਂ ਨੂੰ ਲਾਲਚ ਦਿਓ ਤੇ ਚੱਕ ਦਿਓ, ਸਿੰਘ ਉਹਨਾਂ ਦੇ ਫਸ ਜਾਂਦੇ, ਉਹ ਲੜ ਲੜ ਕੇ ਉਹ ਹੰਭ ਜਾਂਦੇ, ਮੈਂ ਦੇ ਨਾਗ ਡੱਸ ਜਾਂਦੇ। ਕਿਆ ਬਾਤ ਹੈ, ਆਖਰੀ ਲੈਣਾ ਦੋ ਆ ਜੀ, ਫਲਾਸਫੀ ਸਮਾਜ ਪੜਾਓ ਹੁੰਦੀ, ਫਲਾਸਫੀ ਸਮਾਜ ਬਣਾਓ ਹੁੰਦੀ, ਉਹ ਫਲਾਸਫੀ ਹੀ ਨਖੇੜੂ ਹੁੰਦੀ, ਫਲਾਸਫੀ ਲੋਕਾਂ ਨੂੰ ਮਨਾਓ ਹੁੰਦੀ। ਮੈਂ ਜ਼ਿਆਦਾ ਟਾਈਮ ਨੀ ਤੁਹਾਡਾ ਲੈਣਾ ਚਾਹੁੰਦਾ, ਤੇ ਮੈਂ ਇੰਨਾ ਹੀ ਪੁੱਛਣਾ ਚਾਹੁੰਦਾ ਕਿ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਮੱਕਣ ਸਿੰਘ ਜੀ, ਸਾਨੂੰ ਮਾਣ ਆ ਪੰਜਾਬ ਤੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ, ਪਿਆਰ ਭਰੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਮੱਕਣ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਅੱਜ ਦਾ ਮੁੱਦਾ ਪਿਆਰ, ਸਤਿ ਸ੍ਰੀ ਅਕਾਲ, ਮੈਂ ਸੰਜੇ ਬੋਲਿਆ ਜੀ, ਫਿਰ ਚਾਰ ਹੈਗੇ, ਪੋਲਿਟਿਕਸ, ਲੈਜਿਸਲੇਟਰ, ਐਕਟਰਸ ਤੇ ਪਲੇਅਰਸ, ਹੁਣ ਜ਼ਿਆਦਾ ਛੱਕੇ ਤੇ ਜਿਹੜੇ ਕੰਮ ਕਰਦੇ ਹੈਗੇ ਮਹਾਂਪਾਸੀ ਨਾ, ਤੇ ਜਿਹੜਾ ਮੂਹਰੇ ਰਸ ਚਲਾਉਂਦਾ ਸੀਗਾ ਉਹਦੇ ਕੋਈ ਤੀਰ ਨੀ ਮਾਰਦਾ ਸੀਗਾ, ਹੁਣ ਜ਼ਿਆਦਾ ਛੱਕੇ ਪੈਂਦੇ ਹੈਗੇ ਆ, ਛੱਕੇ ਉਹਨਾਂ ਇਨਵੀਟੇਸ਼ਨ ਮਿਲਦੀ ਹੈਗੀ ਆ ਕੋਮਨ ਪਰਸਨ ਯੂਨੀਵਰਸਿਟੀ ਦੇ ਵਿੱਚ। ਜੀ ਜੀ, ਥੈਂਕ ਯੂ ਸੁਰਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਵਿਚਾਰ ਸਾਡੇ ਨਾਲ ਰੱਖੇ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਕੀਕਤ ਸਿੰਘ ਜੀ, ਜਸਵੀਰ ਸਿੰਘ ਬੋਲਦਾ ਜੀ। ਜੀ ਜਸਵੀਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਸ਼ਰਮਾ ਸਾਹਿਬ, ਤੁਹਾਡੇ ਗੈਸਟ ਬੈਠੇ, ਮੈਂ ਤੁਹਾਨੂੰ ਥੋੜ੍ਹੀ ਆਈ ਡੋਂਟ ਨੋ, ਮੈਂ ਸ਼ਰਮਾ ਸਾਹਿਬ ਵਰਮਾ ਸਾਹਿਬ, ਮੈਂ ਥੋੜ੍ਹਾ ਕਨਫਿਊਜ਼ ਹੋ ਜਾਂਦਾ। ਜੀ ਜੀ ਜੀ, ਸ਼ਰਮਾ ਜੀ ਬੈਠੇ ਨਾਲ, ਬਿਲਕੁਲ ਜੀ, ਸ਼ਰਮਾ ਜੀ। ਅੱਛਾ ਸ਼ਰਮਾ ਜੀ, ਨੂੰ ਮੈਂ ਕੁਛ ਨਾ ਪੁੱਛਣਾ ਚਾਹੁੰਦਾ ਜੀ, ਜਦੋਂ ਆਮ ਪਾਰਟੀ ਪੈਦਾ ਕਿੱਥੋਂ ਹੋਈ ਹੈ? ਅੰਨਾ ਹਜ਼ਾਰੇ ਦੇ ਮੂਵਮੈਂਟ ਨਾਲ ਆਮ ਆਦਮੀ ਪਦ ਪੈਦਾ ਹੋਈ ਹੈ। ਜੀ 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 ਜੀ, ਉਸ ਟਾਈਮ ਤੇ ਉਸ ਟਾਈਮ ਦੇ ਕਿੰਨੇ ਕਿੰਨੇ ਇੰਟੈਲੀਜੈਂਟ ਬੰਦੇ
ਬੰਦੇ ਇਹਨਾਂ ਨਾਲ ਸੀਗੇ ਜੀ 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 ਕੇਜਰੀਵਾਲ ਨੇ ਆਪਣੀ ਜੌਬ ਛੱਡੀ ਜੀ ਪ੍ਰਸ਼ਾਂਤ ਭੂਸ਼ਣ ਹੋਣੀ ਨਾਲ ਆਪਣੇ ਯੋਗੇਂਦਰ ਯਾਦਵ ਨਾਲ ਕਿਰਨ ਬੇਦੀ ਨਾਲ ਸਾਰੇ ਬੰਦੇ ਇਕੱਠੇ ਸੀਗੇ ਜੀ ਸਾਰੇ ਬੰਦੇ ਇੰਨੀ ਇੰਟੈਲੀਜੈਂਟ ਸੀਗੇ ਇਹ ਮੁੜ ਕੇ ਕੁਛ ਵੀ ਕਰ ਸਕਦੇ ਸੀਗੇ ਹਾਂਜੀ ਇੰਨੀ ਇਕੱਠੀ ਪਾਰਟੀ ਸੀਗੀ ਇਹਨਾਂ ਦੀ ਤੇ ਜਦੋਂ ਸਾਡੀ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਮੈਂ ਵੀ ਆਮ ਪਾਰਟੀ ਨੂੰ ਬੜੀ ਸਪੋਰਟ ਕੀਤੀ ਆ ਤੇ ਜਿਹੜੇ ਸਾਡੇ ਉੱਥੇ ਸਪੋਰਟਰ ਸੀ ਨਾ ਸਾਡਾ ਗੜ ਸ਼ੰਕਰ ਦਾ ਸਪੋਰਟਰ ਸੀਗਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਕੈਂਡੀਡੇਟ ਚੁਣੋ ਤੁਸੀਂ ਕਿਹਨੂੰ ਚੀਫ ਮਿਨਿਸਟਰ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਉਸ ਟਾਈਮ ਤੇ ਸੁਖਪਾਲ ਸਿੰਘ ਸੁਖਪਾਲ ਸਿੰਘ ਖਹਿਰਾ ਨੂੰ ਤੁਸੀਂ ਆਪਣਾ ਨੁਮਾਇੰਦਾ ਬਣਾ ਲਏ ਵੀ ਸਾਡਾ ਚੀਫ ਮਿਨਿਸਟਰ ਬਣੂਗਾ ਉਹ ਡੈਫੀਨਿਟ ਚੀਫ ਮਿਨਿਸਟਰ ਬਣ ਜਾਣਾ ਸੀ ਕਿਉਂਕਿ ਉਸ ਟਾਈਮ ਤੇ ਬਣਾਏ ਨੀ ਕਿਉਂਕਿ ਆਪਣੇ ਫੁਲਕਾ ਸਾਹਿਬ ਵੀ ਵਿੱਚ ਸੀਗੇ ਕਿ ਕਿਸੇ ਬੰਦੇ ਨੂੰ ਰਾਜ ਨਹੀਂ ਸੀ ਕਰਨਾ ਚਾਹੁੰਦੇ ਪਰ ਜੋ ਖਹਿਰਾ ਸਾਹਿਬ ਕੋਲ ਨੌਲੇਜ ਹੈਗੀ ਨਾ ਦੇਖੋ ਹਰ ਇੱਕ ਫੀਲਡ ਦੇ ਸਾਹਿਬ ਹਰ ਇੱਕ ਬੰਦੇ ਨੂੰ ਆਪਣੀ ਆਪਣੀ ਨੌਲੇਜ ਹੈਗੀ ਆ ਫੁਲਕਾ ਸਰੋਂ ਆਪਣੀ ਨੌਲੇਜ ਹੈਗੀ ਆ ਹੋਰ ਸਾਡੇ ਕਈ ਨੇਤਾ ਹੈਗੇ ਛੋਟੇ ਛੋਟੇ ਨੇਤਾ ਹੈਗੇ ਯੰਗਸਟਰ ਹੈ ਦੇਖੋ ਸਾਰੀ ਪਾਰਟੀ ਯੰਗ ਪਾਰਟੀ ਹੈ ਹਾਂਜੀ ਸਾਰੇ ਬੰਦਿਆਂ ਕੋਲ ਆਪਣਾ ਆਪਣਾ ਐਕਸਪੀਰੀਅੰਸ ਹੈਗਾ ਤੇ ਜਿਹੜੇ ਸੁਖਪਾਲ ਸਿੰਘ ਖਹਿਰਾ ਦਾ ਮੈਂ ਫਾਇਰ ਲਾਈਨ ਦਾ ਪ੍ਰੋਗਰਾਮ ਦੇਖਿਆ ਸੀਗਾ ਉਹਨਾਂ ਨੇ ਇੰਨੇ ਸੋਹਣੇ ਵਿਚਾਰ ਉਹ ਇਕੱਲੇ ਇਕੱਲੇ ਉਹਨਾਂ ਕੋਲ ਡੇਟਾ ਰਹੀ ਜਿਹੜਾ ਬੰਦਾ ਚੀਫ ਮਿਨਿਸਟਰ ਬਣਨਾ ਚਾਹੁੰਦਾ ਸਭ ਕੁਛ ਕਰਨਾ ਉਹਨਾਂ ਕੋਲ ਇਕੱਲਾ ਇਕੱਲਾ ਡੇਟਾ ਹੁੰਦਾ ਹੈ ਉਹ ਦੱਸਦੇ ਆ ਸਾਡੀ ਇਨਫਲੇਸ਼ਨ ਕੀ ਆ ਡਿਫਲੇਸ਼ਨ ਕੀ ਆ ਫਲਾਨਾ ਕੀ ਆ ਸਾਡੀ ਮਹਿੰਗਾਈ ਕੀ ਆ ਅਨਪਲੋਇਮੈਂਟ ਕੀ ਆ ਉਹਨਾਂ ਕੋਲ ਬੜੀ ਨੌਲੇਜ ਸੀਗੀ ਚਲੋ ਹੁਣ ਜਿਹੜੇ ਪਾਰਟੀ ਵਿੱਚ ਵਿਵਾਦ ਹੋ ਗਿਆ ਅਸੀਂ ਉਹਦੇ ਵਾਸਤੇ ਕੁਛ ਕਰ ਨਹੀਂ ਨਾ ਸਕਦੇ ਇਸ ਮੌਕੇ ਤੇ ਦਿਲ ਮੇਰਾ ਬਹੁਤ ਦੁੱਖ ਹੋਇਆ ਵੀ ਅੰਨਾ ਹਜ਼ਾਰੇ ਦੇ ਮੂਵਮੈਂਟ ਨਾਲ ਮੈਂ ਜੁੜਿਆ ਸੀਗਾ ਜੀ ਪਾਰਟੀ ਉੱਥੋਂ ਹੀ ਓਰੀਜਿਨਲ ਉੱਥੋਂ ਸ਼ੁਰੂ ਹੋਈ ਸੀ ਕਿ ਔਰ ਉਹ ਪਿਆਰ ਵੀ ਵੇਖਣ ਨੂੰ ਮਿਲਿਆ ਵਿਧਾਨ ਸਭਾ ਚੋਣਾਂ ਦੇ ਵਿੱਚ ਲੇਕਿਨ ਹੁਣ ਕਿਤੇ ਨਾ ਕਿਤੇ ਜਿਹੜੀ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਬਾਕੀ ਮੈਂ ਸਹਿਮਤ ਹਾਂ ਤੁਹਾਡੀ ਗੱਲਾਂ ਕਿ ਉਹ ਸਮਝ ਨਹੀਂ ਆ ਰਹੀਆਂ ਹਨ ਕਿ ਕਿਸ ਤਰੀਕੇ ਦੇ ਫੈਸਲੇ ਜਿਹੜੇ ਨੇ ਉਹ ਹਾਈਕਮਾਨ ਨੂੰ ਲਏ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਇੱਕ ਕਾਲਰ ਹੋਰ ਵੀ ਸਾਡੇ ਨਾਲ ਜੁੜੇ ਹੋਏ ਨੇ ਕਾਫੀ ਦੇਰ ਤੋਂ ਉਹਨਾਂ ਦਾ ਵੀ ਕਾਲ ਲੈ ਲਈਏ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਰਕੀਰਤ ਜੀ ਤੇ ਸ਼ਰਮਾ ਜੀ ਸਾਰਿਆਂ ਨੂੰ ਬਹੁਤ ਬਹੁਤ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਅੱਛਾ ਜੀ ਉਹ ਜਿਹੜੀ ਤੁਸੀਂ ਗੱਲ ਕਰਦੇ ਨਾ ਡੈਮੇਜ ਰਿਪੇਅਰ ਹੋ ਜਾਏਗਾ ਜਾਂ ਨਹੀਂ ਮੇਰਾ ਤੇ ਖਿਆਲ ਕਿਉਂਕਿ ਉਹ ਨਾ ਪਬਲਿਕਲੀ ਇੱਕ ਦੂਜੇ ਨੂੰ ਗੱਲਾਂ ਕਰਨ ਲੱਗ ਗਏ ਆ ਆਮ ਆਦਮੀ ਦੀ ਜਿਹੜੀ ਸੈਂਟਰਲ ਪਾਵਰ ਹੈ ਉਹ ਦਿੱਲੀ ਚ ਆ ਸੋ ਮੇਰੇ ਖਿਆਲ ਚ ਇਹ ਬਚਾਉਣੀ ਬਹੁਤ ਔਖੀ ਆ ਮਤਲਬ ਦੋ ਫਾੜ ਹੋਣ ਤੋਂ ਬਚਾਉਣੀ ਔਖੀ ਆ ਪਰ ਇੱਕ ਗੱਲ ਮੈਂ ਖੁਦ ਮੈਨੂੰ ਜੋ ਹੈਰਾਨ ਕਰ ਰਹੀ ਆ ਕਿ ਜਿੰਨੇ ਵੀ ਲੀਡਰ ਆਪਣੇ ਪਹਿਲਾਂ ਧਰਮਵੀਰ ਗਾਂਧੀ ਤੋਂ ਲੈ ਕੇ ਘੁੱਗੀ ਸਾਹਿਬ ਫਿਰ ਛੋਟੇ ਪਾਤਸ਼ਾਹ ਸਾਹਿਬ ਫਿਰ ਹੁਣ ਖਹਿਰਾ ਸਾਹਿਬ ਇਹ ਜਦੋਂ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਇਹ ਫੇਕ ਗੱਲਾਂ ਦੱਸਦੇ ਆ ਜਿੱਦਾਂ ਛੋਟੇ ਪਾਤਸ਼ਾਹ ਸਾਹਿਬ ਨੇ ਬੜੀਆਂ ਗੱਲਾਂ ਦੱਸੀਆਂ ਕਿ ਪੈਸੇ ਲੈਂਦੇ ਆ ਟਿਕਟਾਂ ਦੇ ਪੈਸੇ ਲੈ ਕੇ ਵੇਚੀਆਂ ਟਿਕਟਾਂ ਹਾਂਜੀ ਹੁਣ ਕੌਣ ਬਣੂਗਾ ਬਣ ਤਾਂ ਗਏ ਚਲੋ ਚੀਮਾ ਸਾਹਿਬ ਤੂੰ ਇਹਨਾਂ ਨੂੰ ਕੱਢੂ ਦੋ ਕੁਛ ਹੋਰ ਦੱਸਣਗੇ ਸਾਨੂੰ ਹੈ ਮਤਲਬ ਜਦੋਂ ਉਹਦੇ ਤੇ ਆ ਉਦੋਂ ਕਿਉਂ ਨੀ ਇਹ ਗੱਲਾਂ ਦੱਸਦੇ ਸਾਨੂੰ ਆਮ ਆਦਮੀ ਪਾਰਟੀ ਜਦੋਂ ਹੋਂਦ ਚ ਆਈ ਅੰਨਾ ਹਜ਼ਾਰੇ ਦਾ ਜ਼ਿਕਰ ਕੀਤਾ ਕਿਰਨ ਬੇਦੀ ਯੋਗਿੰਦਰ ਯਾਦਵ ਆਮ ਆਦਮੀ ਕੇਮ ਟੂ ਯੂ ਨੋ ਐਕਸਪਲੋਇਟ ਦੀ ਇਮੋਸ਼ਨਸ ਆਫ ਦਾ ਪੀਪਲ ਇਹ ਪਾਰਟੀ ਦੀ ਹੋਂਦ ਦੀ ਜਿਹੜੇ ਨੀਂਹ ਪੱਥਰ ਰੱਖਿਆ ਗਿਆ ਸੀ ਉਹ ਇਹੀ ਸੀਗਾ ਕਿ ਇੱਕ ਤਾਂ ਲੋਕਾਂ ਦੇ ਇਮੋਸ਼ਨ ਨਾਲ ਜੁੜੀ ਸੀਗੀ ਪੀਪਲ ਵਾਂਟਡ ਐਨ ਅਲਟਰਨੇਟਿਵ ਪੀਪਲ ਵਾਂਟ ਕਰਪਸ਼ਨ ਫਰੀ ਸੋਸਾਇਟੀ ਆਮ ਆਦਮੀ ਟਰਾਈ ਟੂ ਕੈਟਰ ਦੈਟ
ਆਮ ਆਦਮੀ ਪਾਰਟੀ ਦਾ ਇਹੀ ਸੀ ਕਿ ਅਸੀਂ ਇਹ ਕਰਾਂਗੇ ਪੀਪਲ, ਲੋਕਾਂ ਨੇ ਸੋਚਿਆ ਅੰਨਾ ਹਜ਼ਾਰੇ, ਕਿਰਨ ਬੇਦੀ, ਸਾਰੇ ਇਮਾਨਦਾਰ ਬੰਦੇ, ਕੇਜਰੀਵਾਲ ਸਾਰੇ ਇੱਕ ਮੰਚ 'ਤੇ ਇਕੱਠੇ ਹੋ ਗਏ, ਨਾਓ ਦਿਸ ਪਾਰਟੀ ਕੈਨ ਬ੍ਰਿੰਗ ਸਮ ਚੇਂਜ ਐਂਡ ਦੇ ਆਲ ਓਪਨਲੀ ਸਪੋਰਟਿਡ ਆਮ ਆਦਮੀ ਪਾਰਟੀ, ਦੈਟਸ ਵਾਈ ਦੇ ਵਨ ਇਨ ਦਿੱਲੀ ਆਲਸੋ, ਬਟ ਆਈ ਸਟਿਲ ਫੀਲ ਦੀ ਜਿਹੜੇ ਇਹਨਾਂ ਦਾ ਪੂਰੀ ਕੋਟਰੀ ਇਕੱਠੀ ਹੋ ਗਈ ਦਿੱਲੀ ਦੇ ਵਿੱਚ ਲੀਡਰਾਂ ਦੀ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਹੋਈ, ਇਹਨਾਂ ਨੂੰ ਕਿੰਨੇ ਮਾਰਿਆ, ਇਹਨਾਂ ਦੀ ਈਗੋ ਕਲੈਸ਼ਸ ਨੇ ਮਾਰਿਆ, ਵੈਨ ਐਵਰ ਅ ਨਿਊ ਪਾਰਟੀ ਕਮਸ ਅਪ ਇਨ ਦੀ ਐਗਜ਼ਿਸਟੈਂਸ, ਨੋਟ ਨਿਊ ਪੀਪਲ, ਨੋਨ ਐਕਸਪੀਰੀਅੰਸਡ ਪੀਪਲ ਜੁਆਇਨ ਇਨਟੂ ਦ ਵਨ, ਪੰਜਾਬੀਆਂ ਦਾ ਦਿਲ ਵੇਖੋ ਨਾ, ਯੂ ਜਸਟ ਸੀ ਦੇਅਰ ਹਰ ਕਿ ਇਹਨਾਂ ਨੇ ਕਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਹਨਾਂ ਨੂੰ ਜਿੱਤ ਕੇ ਜਾ ਸੀ, ਬਿਕੋਜ਼ ਦੇ ਪ੍ਰੋਮਿਸਡ ਟੂ ਗਿਵ ਸਮ ਆਲਟਰਨੇਟਿਵ, ਪੀਪਲ ਵਰ ਫੈਡ ਅਪ ਵਿਦ ਦੀ ਅਦਰ ਪਾਰਟੀਜ਼ ਓਵਰ ਦੇਅਰ, ਸੋ ਦੇ ਜਸਟ ਵਾਂਟਿਡ ਐਨ ਆਲਟਰਨੇਟਿਵ, ਉਹਨਾਂ ਨੇ ਸੋਚਿਆ ਕਿ ਆਮ ਆਦਮੀ ਪਾਰਟੀ ਆਏਗੀ ਤਾਂ ਦੇ ਵਿਲ ਬ੍ਰਿੰਗ ਸਮ ਚੇਂਜ, ਆਮ ਆਦਮੀ ਪਾਰਟੀ ਵਰਗੀ ਪਾਰਟੀ ਨੇ ਜਾ ਕੇ ਪੰਜਾਬ ਦੇ ਵਿੱਚ ਆਪਣਾ ਐਕਸਪਲੋਰ ਕਰਨਾ ਸ਼ੁਰੂ ਕਰਤਾ, ਪੀਪਲ ਸਟਾਰਟਿਡ, ਮੋਦੀ ਲਹਿਰ ਹੋਣ ਦੇ ਬਾਵਜੂਦ ਵੀ ਇਹਨਾਂ ਦੇ 4 MP ਜਿੱਤ ਗਏ, ਉਸ ਤੋਂ ਬਾਅਦ ਇਹਨਾਂ ਨੂੰ ਮਾਰਿਆ ਕਿੰਨੇ, ਇਹਨਾਂ ਦੇ ਆਪਣੇ ਘਰ ਦੀ ਲੜਾਈ ਨੇ ਹੁਣ, ਜਿੱਦਾਂ ਆਪ ਉਪਸ ਇੱਕ ਦੂਜੇ ਨੂੰ ਖੁੱਲ੍ਹੇ ਬਿਆਨਬਾਜ਼ੀ ਹੋ ਗਈ, ਹੁਣ ਆਮ ਆਦਮੀ ਪਾਰਟੀ ਦੇ ਘਰ ਦੀ ਲੜਾਈ ਸੜਕਾਂ 'ਤੇ ਆ ਚੁੱਕੀ ਹੈ, ਡੈਮੇਜ ਕੰਟਰੋਲ ਤਾਂ ਕਰਨੀ ਪਊਗਾ, ਈਵਨ ਹੁਣ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਇਹ ਲਿਖਣਾ ਸ਼ੁਰੂ ਹੋ ਚੁੱਕੀ ਹੈ, ਜੇਕਰ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਡਿਕਟੇਟਰ ਕਿਹਾ ਜਾਂਦਾ, ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਨੂੰ ਡਿਕਟੇਟਰ ਕਿਹਾ ਜਾਂਦਾ, ਅਤੇ ਕੀ ਇਹ ਜਿਹੜੀ ਪਾਰਟੀਆਂ ਹਨ ਸਿਰਫ ਇੱਕ ਹੀ ਬੰਦੇ ਦੇ ਆਰਡਰਸ ਹਿਸਾਬ ਨਾਲ ਚੱਲਦੀਆਂ ਹਨ, ਔਰ ਇਹ ਮੁਲਕ ਦੇ ਲਈ ਔਰ ਖਾਸ ਤੌਰ 'ਤੇ ਪੰਜਾਬ ਸੂਬੇ ਦੇ ਲਈ ਵਧੀਆ ਹੈ ਕਿ ਨਹੀਂ, ਇਹਨਾਂ ਗੱਲਾਂ ਦਾ ਜਵਾਬ ਲਵਾਂਗੇ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ।